ਬੈਠੀ ਹੋਈ ਸਾਧ ਸੰਗਤ ਜੀਓ, ਫਤਿਹ ਕੇ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਦਿਨਾਂ ਤੋਂ ਉਹਨਾਂ ਨੂੰ ਮਿਲਣ ਨੂੰ ਦਿਲ ਕਰਦਾ ਸੀ। ਜਿਹਦੇ ਲਈ ਲਿਖਿਆ ਉਹਨੇ ਗਾ ਕੇ ਸੰਗਤ ਚ ਪ੍ਰਵਾਨ ਕਰਤਾ ਤੇ ਦੁਨੀਆਂ ਨੇ ਉਸ ਗੱਲ ਦਾ ਸਨਮਾਨ ਕੀਤਾ। ਜਿਨ੍ਹਾਂ ਹਰਦੇਵ ਦਲਗੀਰ ਸਾਹਿਬ ਦੇਵ ਤਰੀਕਿਆਂ ਬਾਰੇ ਸੋ ਲੰਮਾ ਸਫ਼ਰ ਤਾਂ ਬਹੁਤ ਗੱਲਾਂ ਬਹੁਤ ਲੰਮੀਆਂ ਨੇ, ਅਸੀਂ ਤਾਂ ਪਰਿਵਾਰ ਦੇ ਜੀ ਹੈ। ਸੋ ਉਹਨਾਂ ਦਾ ਇੱਕ ਕੰਮ ਕਰਨ 'ਚ ਵਿਲੱਖਣਤਾ ਸੀਗੀ, ਅਲੈਦਗੀ ਸੀ। ਉੱਚਾ ਬੁਰਜ ਲਾਹੌਰ ਤੋਂ ਲੈ ਕੇ ਜਨਾਬ ਚਰਨਜੀਤ ਫੂਜਾ ਸਾਹਿਬ ਦਾ ਜ਼ਿੰਦਗੀ 'ਚ ਬਹੁਤ ਵੱਡਾ ਮੈਨੂੰ ਸਾਥ ਰਿਹਾ। ਗਾਇਕੀ 'ਚ ਐਡਵਾਈਜ਼ਰ ਰਹੇ ਨਹੀਂ ਮੇਰੇ ਭਵਰਾ ਸਾਹਿਬ ਤੋਂ ਬਾਅਦ, ਉਹ ਉਸਤਾਦ ਸੀ। ਸੋ ਇਹ ਵੀ ਉਸਤਾਦਾਂ ਤੋਂ ਘੱਟ ਨਹੀਂ, ਬਹੁਤ ਕੁਛ ਇਹਨਾਂ ਨੇ ਟੈਕਨੀਕਲ ਗੱਲਾਂ ਸਿਖਾਈਆਂ। ਸੋ ਗੱਲ ਮੈਂ ਗੱਲ ਕਰਨਾ ਕਿ ਦੇਵ ਭਾਅ ਜੀ ਨੇ ਜਿਉਣਾ ਮੌੜ ਲਿਖਤਾ, ਬਹੁਤ ਕੁਝ ਦੱਸਤਾ। ਪਾਤਰ ਸਾਹਿਬ ਨੇ ਵੀ, ਵਿਲਦੀ ਸਾਹਿਬ ਨੇ ਵੀ, ਗੱਲ ਚੱਲ ਰਹੀ ਸੀ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦਾ ਉਪੇਰਾ ਹੋ ਰਿਹਾ। ਸੋ ਮੈਂ ਹੋਜਾ ਸਾਹਿਬ ਨੂੰ ਬੇਨਤੀ ਕੀਤੀ ਵੀ ਭਾਅ ਜੀ ਹੋਰੀ ਕੁਝ ਏਦਾਂ ਚਾਹੁੰਦੇ ਨੇ, ਹਰਦੇਵ ਦਲਗੀਰ ਸਾਹਿਬ ਭਈ ਕੁਝ ਏਦਾਂ ਦਾ ਕਰ ਦਿਓ ਵੀ ਲੋਕੀ ਕਹਿਣ ਫਿਲਮ ਬਣ ਗਈ ਹੈ। ਉਦੋਂ ਵੀਡੀਓ ਦੇ ਯੁੱਗ ਨਹੀਂ ਸੀ ਹੁੰਦੇ। ਮੈਨੂੰ ਭਾਅ ਜੀ ਊਜਾ ਸਾਹਿਬ ਕਹਿੰਦੇ ਆਪਾਂ ਕੰਮ ਹੀ ਏਦਾਂ ਦਾ ਕਰਾਂਗੇ, ਫਿਲਮ ਲੱਗੂਗੀ, ਉਹਦੇ 'ਚ ਇੱਕ ਮੁਲਾਕਾਤ, ਗੱਲ ਸੁਣ ਮੇਰੀ ਅੰਮੀ ਨੇ ਮੇਰੀ ਲਾਸ਼ ਲੈਣ ਲਈ ਆਉਣਾ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਵਿੱਚ। ਉਸ ਰਿਕਾਰਡ ਲਿਖਣ ਤੋਂ ਪਹਿਲਾਂ ਉਹਨਾਂ ਨੇ ਭਗਤ ਸਿੰਘ ਦੀ ਭੈਣ ਨਾਲ ਮੁਲਾਕਾਤ ਕੀਤੀ, ਸੱਚੀਆਂ ਗੱਲਾਂ ਲਿਖੀਆਂ। ਮੈਂ ਕਿਹਾ ਭਾਅ ਜੀ ਹੁਣ ਤੁਸੀਂ ਕਹਿੰਦੇ ਹੁਣ ਤੂੰ ਗਾਈ, ਬਸ ਜਿਵੇਂ ਇਹਨਾਂ ਦਾ ਸਟਾਈਲ ਹੈ ਨਾ ਭਾਅ ਜੀ ਦਾ, ਮੈਨੂੰ ਕਹਿੰਦੇ ਹੁਣ ਤੂੰ ਗਾ। ਇਹਨਾਂ ਨੇ ਵਾਇਲਨ ਸਾਹਮਣੇ ਬੈਠੇ ਨੇ, ਵਾਇਲਨ ਔਰ ਫਲਿਊਟ ਦਾ ਐਸਾ ਸੁਮੇਲ ਕੀਤਾ ਅਤੇ ਉਸ ਵੇਲੇ ਵੀ ਹੰਝੂ ਆ ਰਹੇ ਸੀ। ਇਹਨਾਂ ਦੇ ਸੰਗੀਤ ਦੇ ਵਿੱਚੋਂ ਮੁਲਾਕਾਤ ਨਜ਼ਰ ਆਉਂਦੀ ਸੀ, ਵੈਰਾਗ ਨਜ਼ਰ ਆਉਂਦਾ ਸੀ ਵੀ ਆਖਰੀ ਮੁਲਾਕਾਤ, ਔਰ ਉਹਨਾਂ ਦੀ ਕਲਮ 'ਚੋਂ ਇੱਦਾਂ ਲੱਗਦਾ ਸੀ ਵੀ ਇਹ ਵੀ ਮੈਂ ਇੱਕ ਮੁਲਾਕਾਤ ਆਖਰੀ ਲਿਖਤੀ ਹੈ। ਸੋ ਬਹੁਤ ਕੁਝ ਉਹਨਾਂ ਨੇ ਲਿਖਿਆ। ਜਿਸ ਕਲਾਕਾਰ ਦੀ ਬਾਂਹ ਫੜ ਲਈ ਉਹਨੂੰ ਰਾਹ 'ਚ ਨਹੀਂ ਛੱਡਿਆ। ਐਸੇ ਮਹਾਨ ਉਸਤਾਦ ਫਕੀਰ ਸ਼ਾਇਰ ਸੀਗੇ, ਜੇ ਕਿਸੇ ਅਖਬਾਰ ਦੇ ਟੋਟੇ ਜੇ ਦੇ ਉੱਤੇ ਲਿਖ ਕੇ ਕਹਿਣਾ ਗਾ ਦੇ, ਔਰ ਉਹ ਹਿੱਟ ਹੁੰਦਾ ਸੀ, ਸੁਪਰ ਹਿੱਟ ਹੁੰਦਾ ਸੀ। ਉਹਨਾਂ ਦੇ ਦਿਲ ਦੇ ਵਿੱਚ ਮਾਨ ਸਾਹਿਬ ਉਹਨਾਂ ਦਾ ਬਹੁਤ ਸਤਿਕਾਰ ਸੀ। ਕਈ ਵਾਰੀ ਅਸੀਂ ਬੈਠੇ ਹਾਂ, ਬਹੁਤ ਗੱਲਾਂ ਹੋਈਆਂ,
ਸੋ ਇਦਾਂ ਹੀ ਉਹਨਾਂ ਦਾ ਦੁਨੀਆਂ ਤੇ ਨਾਮ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।